ਗੁਰਦੁਆਰਾ ਦਮਦਮਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਬਾਦਸ਼ਾਹ ਬਹਾਦਰ ਸ਼ਾਹ ਦਰਮਿਆਨ 1707 ਵਿੱਚ ਹੋਈ ਮੁਲਾਕਾਤ ਦਾ ਗਵਾਹ ਏ। ਗੁਰੂ ਜੀ ਅਤੇ ਬਹਾਦਰ ਸ਼ਾਹ ਦਰਮਿਆਨ ਐਸੇ ਥਾਂ 'ਤੇ ਮੁਲਾਕਾਤ ਹੋਈ ਸੀ। ਬਹਾਦਰ ਸ਼ਾਹ ਦੇ ਦਿੱਲੀ ਦੇ ਤਖ਼ਤ 'ਤੇ ਕਬਜ਼ਾ ਕਰਨ ਦੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਦਿੱਲੀ ਆਏ ਅਤੇ ਸਿੱਖ ਫੌਜ ਦੇ ਨਾਲ ਉਹ ਦਿੱਲੀ ਦੇ ਮੋਤੀ ਬਾਗ ਵਾਲੇ ਸਥਾਨ 'ਤੇ ਰੁਕੇ। ਮੋਤੀ ਬਾਗ ਵਾਲੇ ਸਥਾਨ 'ਤੇ ਅੱਜ ਕੱਲ੍ਹ ਗੁਰਦੁਆਰਾ ਮੋਤੀ ਬਾਗ ਸਾਹਿਬ ਬਣਿਆ ਹੋਇਆ ਏ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਅਤੇ ਬਹਾਦਰ ਸ਼ਾਹ ਦਰਮਿਆਨ ਮੁਲਾਕਾਤ ਦੇ ਲਈ ਹਜ਼ਰਤ ਨਿਜ਼ਾਮੂਦੀਨ ਅਤੇ ਹਮਾਯੂ ਦੇ ਮਕਬਰੇ ਦੇ ਨੇੜੇ ਇਸ ਥਾਂ ਨੂੰ ਚੁਣਿਆ ਗਿਆ ਸੀ। ਬਹਾਦਰ ਸ਼ਾਹ ਦੇ ਨਾਲ ਗੁਰਦੁਆਰਾ ਦਮਦਮਾ ਸਾਹਿਬ ਇਸ ਥਾਂ 'ਤੇ ਇੱਕ ਚਬੂਤਰਾ ਸੀ, ਜਿਸ ਜਗ੍ਹਾ 'ਤੇ ਗੁਰੂ ਸਾਹਿਬ ਜੀ ਦੀ ਮੀਟਿੰਗ ਜਿਹੜੀ ਹੋਣੀ ਤੈਅ ਹੋਈ। ਗੁਰੂ ਸਾਹਿਬ ਜੀ ਦੇ ਅੰਗ ਰੱਖਿਅਕ ਅਤੇ ਹੋਰ ਸੂਰਬੀਰ ਸਾਥੀ ਉਹਨਾਂ ਨੇ ਜਾ ਕੇ ਡੇਰਾ ਉੱਥੇ ਲਗਾ ਦਿੱਤਾ ਔਰ ਹਮਾਯੂ ਦੇ ਮਕਬਰੇ ਦੇ ਕੋਲ ਇਹ ਸਥਾਨ ਸਥਿਤ ਹੈ। ਸੋ ਜਦ ਮੀਟਿੰਗ ਸਮਾਪਤ ਹੋਈ ਤਾਂ ਬਹਾਦਰ ਸ਼ਾਹ, ਕਿਉਂਕਿ ਉਹ ਹਾਥੀਆਂ ਦੀ ਲੜਾਈ ਦਾ ਬੜਾ ਸ਼ੌਕੀਨ ਸੀ ਔਰ ਉਸਨੇ ਚਾਹਿਆ ਕਿ ਹਾਥੀਆਂ ਦੀ ਲੜਾਈ ਦਾ ਨਜ਼ਾਰਾ ਦੇਖਿਆ ਜਾਵੇ, ਤਾਂ ਬਹਾਦਰ ਸ਼ਾਹ ਨੇ ਆਪਣੇ ਜੰਗੀ ਹਾਥੀ ਅੱਗੇ ਕੀਤੇ ਅਤੇ ਕਿਹਾ ਕਿ ਗੁਰੂ ਸਾਹਿਬ ਜੀ, ਤੁਹਾਡੇ ਹਾਥੀ ਵੀ ਬਹੁਤ ਤਾਕਤਵਰ ਅਤੇ ਬੜੇ ਜੰਗੀ ਹੋਣਗੇ, ਕਿਰਪਾ ਕਰਕੇ ਤੁਸੀਂ ਵੀ ਆਪਣਾ ਹਾਥੀ ਭੇਜੋ। ਗੁਰੂ ਸਾਹਿਬ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਤੁਹਾਡੇ ਹਾਥੀ ਨਾਲ ਤਾਂ ਸਾਡਾ ਇਹ ਝੋਟਾ ਜਿਹੜਾ ਹੈ ਇਹ ਮੁਕਾਬਲਾ ਕਰ ਸਕਦਾ ਹੈ। ਤਾਂ ਗੁਰੂ ਸਾਹਿਬ ਨੇ ਜੰਗੀ ਝੋਟਾ ਅੱਗੇ ਕੀਤਾ, ਜਿਸ ਨੇ ਹਾਥੀ ਨੂੰ ਮਾਰ ਮਾਰ ਕੇ ਅਖਾੜੇ ਵਿੱਚੋਂ ਬਾਹਰ ਧੱਕ ਦਿੱਤਾ। ਸਾਰੇ ਬਹੁਤ ਹੀ ਪ੍ਰਸੰਨ ਹੋਏ ਅਤੇ ਗੁਰੂ ਸਾਹਿਬ ਜੀ ਦੀ ਮਹਿਮਾ ਗਾਉਂਦੇ ਹੋਏ ਸਾਰਿਆਂ ਨੇ ਕਿਹਾ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ। ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਇਹ ਗੁਰਦੁਆਰਾ ਦਮਦਮਾ ਸਾਹਿਬ ਸਿੱਖ ਇਤਿਹਾਸ 'ਚ ਇੱਕ ਅਹਿਮ ਸਥਾਨ ਰੱਖਦਾ ਏ। ਗੁਰਦੁਆਰਾ ਦਮਦਮਾ ਸਾਹਿਬ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਮੁਲਾਕਾਤ ਕਰਕੇ ਸਮਾਜ ਦੇ ਸਾਰੇ ਧਰਮਾਂ ਪ੍ਰਤੀ ਪਿਆਰ, ਆਪਸੀ ਭਾਈਚਾਰੇ ਅਤੇ ਸਦਭਾਵਨਾ ਦਾ ਸੁਨੇਹਾ ਦਿੱਤਾ ਸੀ। ਇੱਥੇ ਆਉਣ ਵਾਲੇ ਸਾਰੇ ਸ਼ਰਧਾਲੂ ਇੱਥੋਂ ਹਮੇਸ਼ਾ ਪਿਆਰ ਅਤੇ ਭਾਈਚਾਰੇ ਦਾ ਸੁਨੇਹਾ ਲੈ ਕੇ ਜਾਂਦੇ ਨੇ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਹਾਸਲ ਕਰਦੇ ਨੇ।